ਬਾਹਤੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੈਪਟਨ ਨਹੀਂ ਕੁਝ ਕਰ ਰਹੇ ਜਾਂ ਕੈਪਟਨ ਦੀ ਕੋਟਰੀ ਕੁਝ ਨਹੀਂ ਕਰਨ ਦੇ ਰਹੀ ਵਿਧਾਇਕ ਨੇ ਕਿਹਾ ਕਿ ਨਹੀਂ ਕੈਪਟਨ ਦੀ ਕੋਟਰੀ ਦਾ ਮਸਲਾ ਨਹੀਂ ਕੈਪਟਨ ਜੇ ਤਿਆਰ ਹੋਣ ਸਭ ਕੁਝ ਹੋ ਜੇ ਸਭ ਨੂੰ ਇਹ ਪੁੱਛਿਆ ਗਿਆ ਕੀ ਲੱਗਦਾ ਕੈਪਟਨ ਤੇ ਸਿੱਧੂ ਚੱਲ ਸਕਦੇ ਨੇ ਇਕੱਠੇ ਤਾਂ ਕਈ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਤੇ ਸਿੱਧੂ ਇਕੱਠੇ ਨਹੀਂ ਚੱਲ ਸਕਦੇ ਦੂਜੇ ਪਾਸੇ ਜੇ ਗੱਲ ਕਰੀਏ ਕਿ ਕਹਾਣੀ ਸੁਣਨਾ ਚਾਹੁੰਦੇ ਸੀ ਰਾਹੁਲ ਉਹਨਾਂ ਬਾਗੀਆਂ ਤੋਂ ਗੱਲਾਂ ਬਾਤਾਂ ਕੀ ਹੋਈਆਂ ਕੀ ਕੀ ਗੱਲਾਂ ਹੋਈਆਂ ਉਹਨਾਂ ਨਾਲ ਦੇਖੋ ਜਿਹੜੇ ਸਾਡੇ ਸੋਰਸ ਦੱਸਦੇ ਹੈਗੇ ਜਿਹੜੇ ਮਿਲ ਕੇ ਆਏ ਨੇ ਉਹਨਾਂ ਚੋਂ ਕੁਝ ਲੋਕਾਂ ਨਾਲ ਸਾਡੀ ਗੱਲ ਹੋਈ ਹੈਗੀ ਸਾਰਿਆਂ ਨਾਲ ਤਾਂ ਨਹੀਂ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਰਾਹੁਲ ਨੇ ਪੁੱਛਿਆ ਮੁੱਦੇ ਕੀ ਨੇ ਮਸਲੇ ਕੀ ਨੇ ਫਿਰ ਰਾਹੁਲ ਨੇ ਕੈਪਟਨ ਬਾਰੇ ਪੁੱਛਿਆਗਾ ਕਿ ਮਸਲਾ ਕੀ ਹੈਗਾ ਮੁੱਦੇ ਕਿਉਂ ਨਹੀਂ ਹੱਲ ਹੋਏ ਜਿਵੇਂ ਬੇਅਦਵੀ ਦਾ ਮਸਲਾ ਜਾਂ ਹੋਰ ਮਸਲੇ ਨੇ ਲੜਾਈਆਂ ਕੀ ਨੇ ਤਾਂ ਬਹੁਤੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੈਪਟਨ ਨਹੀਂ ਕੁਝ ਕਰ ਰੇ ਜਾਂ ਕੈਪਟਨ ਦੀ ਕੋਟਰੀ ਕੁਝ ਨਹੀਂ ਕਰਨ ਦੇ ਰਹੀ ਇਹ ਗੱਲ ਵੀ ਬਕਾਇਦਾ ਤੌਰ ਦੇ ਉੱਤੇ ਕਹੀ ਗਈ ਆ ਤਾਂ ਇੱਕ ਵਿਧਾਇਕ ਨੇ ਕਿਹਾ ਕਿ ਨਹੀਂ ਕੈਪਟਨ ਦੀ ਕੋਟਰੀ ਦਾ ਮਸਲਾ ਨਹੀਂ ਕੈਪਟਨ ਜੇ ਤਿਆਰ ਹੋਣ ਸਭ ਕੁਝ ਹੋ ਜੇ ਕੈਪਟਨ ਜੇ ਕਰਨਾ ਚਾਹਣ ਸਭ ਕੁਝ ਹੋਵੇ ਜੇ ਕੈਪਟਨ ਦੀ ਵਿਲ ਪਾਵਰ ਹੋਵੇ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਗੱਲ ਰੁਕ ਨਹੀਂ ਸਕਦੀ ਕੈਪਟਨ ਦੀ ਇੱਛਾ ਸ਼ਕਤੀ ਨਹੀਂ ਆ ਇਹ ਗੱਲ ਜਾ ਕੇ ਉਸ ਦਰਬਾਰ 'ਚ ਕਹੀ ਆ ਉਹਨਾਂ ਨੇ ਕਾਫੀ ਗੱਲਾਂ ਰਾਹੁਲ ਨੇ ਟੜਾ ਟੜ ਬਹੁਤ سارے ਸਵਾਲ ਕੀਤੇ ਨੇ ਸਭ ਨੂੰ ਸਭ ਨੂੰ ਇਹ ਪੁੱਛਿਆ ਗਿਆ ਕੀ ਲੱਗਦਾ ਕੈਪਟਨ ਤੇ ਸਿੱਧੂ ਚੱਲ ਸਕਦੇ ਨੇ ਇਕੱਠੇ ਤਾਂ ਕਈ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਤੇ ਸਿੱਧੂ ਇਕੱਠੇ ਨਹੀਂ ਚੱਲ ਸਕਦੇ ਯਾਨੀ ਇਹਨਾਂ ਨੂੰ ਸੇਮ ਪੇਜ ਤੇ ਨਹੀਂ ਚਲਾਇਆ ਜਾ ਸਕਦਾ ਹੁਣ ਔਰ ਬਹੁਤੇ ਲੋਕਾਂ ਨੇ ਇਹ ਕਿਹਾ ਕਿ ਕਾਂਗਰਸ ਦਾ ਨੁਕਸਾਨ ਬਹੁਤ ਹੋ ਗਿਆ ਜਲਦੀ ਇਸ ਮਸਲੇ ਦਾ ਕੋਈ ਹੱਲ ਕਰ ਦਿਓ ਜੇ ਹੱਲ ਨਾ ਕੀਤਾ ਕਾਂਗਰਸ ਦਾ ਮਲਿਆ ਮੀਟ ਹੋ ਜਾਏਗਾ ਕਾਂਗਰਸ ਖਤਮ ਹੋ ਜਾਏਗੀ ਪੰਜਾਬ 'ਚ ਤਾਂ ਹੀ ਹੱਲ ਦੇ ਬਾਰੇ ਉਹਨਾਂ ਨੇ ਕਿਹਾ ਕਿ ਹਾਂ ਜਦੋਂ ਲਾਸਟ ਆਪਾਂ ਕਿਸੇ ਵਿਧਾਇਕ ਨਾਲ ਗੱਲ ਕਰ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਉੱਠਣ ਲੱਗੇ ਤਾਂ ਕੀ ਗੱਲ ਹੋਈ ਤਾਂ ਕਹਿੰਦੇ ਮੈਂ ਉੱਠਣ ਲੱਗੇ ਨਹੀਂ ਹੀ ਪੁੱਛਿਆ ਜੀ ਫਿਰ ਕੀ ਕਰਨਾ ਕਦੋਂ ਕਰਨਾ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਬੜੀ ਜਲਦੀ ਵੈਰੀ ਸੂਨ ਤਾਂ ਇਹਦਾ ਮਤਲਬ ਕੀ ਹੈ ਬੜੀ ਜਲਦੀ ਇਹ ਸਾਰੇ ਮਸਲੇ ਦਾ ਕੋਈ ਨਾ ਕੋਈ ਹੱਲ ਕਾਂਗਰਸ ਆਪਣੇ ਪੱਧਰ ਤੇ ਕਰੇਗੀ ਖੜਗੇ ਹੋਰੀ ਆਪਣੇ ਬਿਆਨ ਦੇ ਰਹੇ ਨੇ ਇੱਕ ਪੋਲਿਟੀਕਲ ਸਟੇਟਮੈਂਟ ਜ਼ਰੂਰ ਹੈ ਪਰ ਚਿਹਰੇ ਦੇ ਤੌਰ ਦੇ ਉੱਤੇ ਕਹਿ ਵੀ ਸਕਦੇ ਨੇ ਕਿ ਇਹ ਚਿਹਰਾ ਹੋਣਗੇ ਮੋਲੇ ਚੀਫ ਮਿਨਿਸਟਰ ਦਾ ਚਿਹਰਾ ਜੀ ਨਹੀਂ ਦੇਣਾ ਜਿੱਥੇ ਵੀ ਚੀਫ ਮਿਨਿਸਟਰ ਦਾ ਚਿਹਰਾ ਨਹੀਂ ਹੈ 2022 ਦੀਆਂ ਚੋਣਾਂ ਲਈ ਉੱਥੇ ਆਬਵੀਅਸਲੀ ਗਾਂਧੀ ਪਰਿਵਾਰ ਹੀ ਚਿਹਰਾ ਪਰ ਬੰਦੇ ਤਾਂ ਫਿੱਟ ਕਰਨੇ ਪੈਣਗੇ ਉਹ ਬੰਦੇ ਕਿਵੇਂ ਫਿੱਟ ਕੀਤੇ ਜਾਂਦੇ ਨੇ ਕਿਹਨੂੰ ਫਿੱਟ ਕੀਤਾ ਜਾਂਦਾ ਕਿਹਨੂੰ ਨਹੀਂ ਕੀਤਾ ਜਾਂਦਾ ਇਹ ਵੀ ਆਪਣੇ ਆਪ ਚ ਕਹਾਣੀ ਹੈ ਤੁਹਾਡੇ ਯਾਦ ਆ ਜਦੋਂ ਆਪਾਂ ਰਾਜਨੀਤੀ ਡੀਕੋਡ ਕਰਨ ਲੱਗੇ ਸੀ ਉਦੋਂ ਬਹੁਤ ਸਾਰੇ ਆਪਾਂ ਐਪੀਸੋਡਾਂ ਚ ਗੱਲ ਕਹੀ ਬਹੁਤ ਤੇ ਲੋਕ ਫੋਨ ਕਰਕੇ ਕਹਿੰਦੇ ਸੀ ਇਹ ਹੈ ਜਾਂ ਕੁਝ ਹੈ ਹੀ ਨਹੀਂ ਹੈ ਤੁਸੀਂ ਤਾਂ ਵੈਸੇ ਹੀ ਕਹੀ ਜਾਂਦੇ ਹੋ ਇਹ ਗੱਲਾਂ ਤਾਂ ਹੈ ਹੀ ਨਹੀਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਜਿਵੇਂ ਜਿਹੜੇ ਜਿਹੜੇ ਆਪਾਂ ਸ਼ੋਅ ਕੀਤੇ ਸੀ ਅੱਜ ਵੀ ਕੱਟ ਕੇ ਦੇਖ ਲਓ ਉਹ ਲਗਭਗ ਘਟਨਾਵਾ ਉਸ ਦਿਸ਼ਾ ਵੱਲ ਜਾ ਰਹੀਆਂ ਨੇ ਉਸੇ ਦਿਸ਼ਾ ਦੇ ਅੰਦਰ ਪੂਰੀ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨਾਲ ਲਗਾਤਾਰ ਏਏਸੀਸੀ ਦੇ ਨਾਲ ਵੀ ਗੱਲ ਕਰਦੇ ਸੀ ਥੱਲੇ ਵੀ ਗੱਲ ਕਰਦੇ ਸੀ ਕੈਪਟਨ ਦਾ ਜਿਹੜਾ ਐਂਟੀਖੇਮਾ ਉਹਦੇ ਅੰਦਰ ਅੰਦਰ ਸੁਗਲ ਸੁਲਗ ਰਿਆ ਸੀ ਉਹਨਾਂ ਨਾਲ ਵੀ ਗੱਲ ਹੁੰਦੀ ਸੀ ਹੋਰ ਬਹੁਤ ਸਾਰੇ ਲੋਕਾਂ ਨਾਲ ਲਗਾਤਾਰ ਗੱਲ ਹੁੰਦੀ ਸੀ ਉਹ ਚੋਂ ਆਪਾਂ ਇੱਕ رائے ਕੱਢ ਕੇ ਲੋਕਾਂ ਸਾਹਮਣੇ ਰੱਖਦੇ ਸੀ ਤਾਂ ਇਸ ਕਰਕੇ ਉਹੀ ਗੱਲ ਜਿਹੜੀ ਹੈਗੀ ਉੱਥੇ ਨਜ਼ਰ ਆ ਰਹੀ ਹੈ ਲਗਾਤਾਰ ਉਹ ਘਟਨਾਵਾਂ ਬਹੁਤ ਕੁਝ ਕਹਿ ਰਹੀਆਂ ਨੇ ਔਰ ਜਲਦੀ ਹੀ ਕਾਂਗਰਸ 'ਚ ਕੋਈ ਨਾ ਕੋਈ ਫੈਸਲਾ ਹੋਣ ਜਾ ਰਿਹਾ ਹੈ ਇਸੇ ਕਰਕੇ ਰਾਹੁਲ ਸਭ ਨੂੰ ਬੁਲਾ ਰਹੇ ਨੇ ਗਾਂਧੀ ਪਰਿਵਾਰ ਸਭ ਨੂੰ ਬੁਲਾ ਰਿਹਾ ਤੇ ਕੈਪਟਨ ਨੇ ਵੀ ਇਸੇ ਕਰਕੇ ਡੇਰੇ ਦਿੱਲੀ ਲਾਏ ਹੋਏ ਨੇ ਪਰ ਕੈਪਟਨ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਸਾਰੇ ਬੋਲ ਕੇ ਆਏ ਨੇ rahul ਕੋਲੇ ਇਹ ਗੱਲ ਵੀ ਪਤਾ ਲੱਗੀ ਹੈ ਜ਼ਿਆਦਾਤਰ ਲੋਕ 95 ਤੋਂ ਵੀ ਉੱਪਰ ਕਹਿ ਦਾਂਗਾ ਆਪਾਂ ਇਹ ਏਨੇ 90% ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਕੈਪਟਨ ਦੇ ਖਿਲਾਫ ਭੁਗਤ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਖੜੀ ਨਹੀਂ ਹੋਏਗੀ ਇਹ ਨਹੀਂ ਕਿ ਸਿੱਧੂ ਦੀ ਤਾਰੀਫ ਕੀਤੀ ਹੈ ਸਾਰਿਆਂ ਨੇ ਉੱਥੇ ਕਿਸ ਨੇ ਸਿੱਧੂ ਦੀ ਤਾਰੀਫ ਕੀਤੀ ਹੈਗੀ ਪਰ ਕੈਪਟਨ ਦੀ ਸਰਕਾਰ ਦੇ ਕੰਮਾਂ ਤੇ ਜੋ ਲੋਕਾਂ ਚ ਰਿਐਕਸ਼ਨ ਆ ਜੋ ਹੇਠਾਂ ਸਭ ਕੁਝ ਹੋ ਰਿਹਾ ਉਹ ਸਾਰੀਆਂ ਗੱਲਾਂ ਬਕਾਇਦਾ ਤੌਰ ਤੇ ਦੱਸ ਕੇ ਆਏ ਨੇ ਨੌਕਰੀਆਂ ਦਾ ਮੁੱਦਾ ਜਿਹੜਾ ਨੌਕਰੀਆਂ ਦਾ ਮਸਲਾ ਵੀ ਉੱਠਿਆ ਉੱਥੇ ਕਿ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਦੋ ਵਿਧਾਇਕਾਂ ਨੂੰ ਇਹਨੇ ਸਾਨੂੰ ਬਹੁਤ ਸ਼ਰਮਸਾਰ ਕੀਤਾ ਕਾਂਗਰਸ ਨੂੰ ਜੇ ਅਸੀਂ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਲੋਕ ਫੇਰ ਵੀ ਜਰ ਲੈਣਗੇ ਕਿ ਚਲੋ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆਗਾ ਪਰ ਜੇ ਰੋਜ਼ਗਾਰ ਅਸੀਂ ਲੋਕਾਂ ਨੂੰ ਨਾ ਦੇਣ ਦੀ ਥਾਂ ਇਨਾਂ ਨੂੰ ਰੋਜ਼ਗਾਰ ਦੇ ਰਹੇ ਆ ਇਹਦਾ ਸਾਡਾ ਬਹੁਤ ਨੈਗੇਟਿਵ ਇਮਪ੍ਰੈਸ਼ਨ ਗਿਆ। ਔਰ ਇਹ ਕਿਹਾ ਗਿਆ ਕਿ ਉੱਥੇ ਫਾਈਲਾਂ ਤਾਂ ਦੋ-ਦੋ ਸਾਲ ਦੀਆਂ ਘੁੰਮਦੀਆਂ ਫਿਰਦੀਆਂ ਸੀ। ਪਹਿਲਾਂ ਕਿਉਂ ਨਹੀਂ ਕਦੇ ਕੀਤਾ ਹੁਣ ਕਿਉਂ ਕੀਤਾ? ਕਿਉਂਕਿ ਧੜੇਬੰਦੀ ਕਾਂਗਰਸ ਕੈਪਟਨ ਪੈਦਾ ਕਰਨਾ ਚਾਹੁੰਦੇ ਨੇ ਇੱਕ ਵਿਧਾਇਕ ਨੇ ਇਹ ਵੀ ਕਿਹਾ ਕਿ ਕੈਪਟਨ ਰਾਹੁਲ ਨੂੰ ਕਹਿ ਕੇ ਆਏ ਨੇ ਇਹ ਗੱਲ ਕਿ ਕੈਪਟਨ ਕਾਂਗਰਸ ਧੜੇਬੰਦੀ ਪੈਦਾ ਕਰਨਾ ਚਾਹੁੰਦੇ ਆ ਰਾਹੁਲ ਜੀ ਇਸ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ। ਇਸੇ ਕਰਕੇ ਨੌਕਰੀਆਂ ਇਸੇ ਕਰਕੇ ਖੇਵੇਂਬੰਦੀ ਇਸੇ ਕਰਕੇ ਚੇਅਰਮੈਨੀਆਂ ਪਰ ਪਨਗ੍ਰੀਨ ਦਾ ਚੇਅਰਮੈਨ ਲਲੀਮ ਜੀ ਠੇਉ ਲਿਆ ਗਿਆ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਧਾਇਕ ਰਾਹੁਲ ਗਾਂਧੀ ਕੋਲ ਰੱਖ ਕੇ ਆਏ ਨੇ ਹੂੰ ਮੁੱਦੇ ਕਿਹੜੇ-ਕਿਹੜੇ ਸਰਗਰਮ ਰਹੇ ਮੁੱਦੇ ਤਿੰਨ-ਚਾਰ ਮੁੱਦੇ ਜਿਹੜੇ ਜਿਹੜੇ ਖਾਸ ਤੌਰ ਤੇ ਮੈਨੀਫੈਸਟੋ ਦੇ ਵੱਡੇ ਵਾਅਦੇ ਸੀ ਜੀਚੋ ਪਹਿਲਾ ਬੇਅਦਵੀ ਦਾ ਮੁੱਦਾ ਲਗਭਗ ਸਾਰਿਆਂ ਨੇ ਖਾਸ ਤੌਰ ਤੇ ਜਿਹੜੇ ਮਾਲਵੀ ਵਾਲੇ ਗਏ ਹੋਏ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕਿਹਾਗਾ ਕਿ ਬੇਅਦਵੀ ਦਾ ਮਸਲਾ ਜਿਹੜਾ ਉਹਨੇ ਸਾਨੂੰ ਡੈਮੇਜ ਕੀਤਾ ਇਸ ਪੂਰੇ ਕੇਸ ਨੇ ਯਾਨੀ ਬੇਅਦਵੀ ਦੀ ਇਕੱਲੀ ਘਟਨਾ ਦੀ ਗੱਲ ਨਹੀਂ ਆ ਇਸ ਪੂਰੇ ਕੇਸ ਨੇ ਕਾਂਗਰਸ ਨੂੰ ਡੈਮ ਕਾਂਗਰਸ ਦੀ ਪਰਸੈਪਸ਼ਨ ਆ ਜਿਹੜੀ ਇਸ ਗੱਲ ਦੇ ਨਾਲ ਖਰਾਬ ਹੋਈ ਹੈ ਕਾਂਗਰਸ ਨੂੰ ਲੋਕ ਹੋਰ ਤਰ੍ਹਾਂ ਦੇਖਣ ਲੱਗੇ ਇਹ ਗੱਲ ਬਕਾਇਦਾ ਤੌਰ ਦੇ ਉੱਤੇ ਕਹੀ ਗਈ ਦੂਜੀ ਗੱਲ ਬੇਅਦਵੀ ਤੋਂ ਬਾਅਦ ਬੇਰੋਜ਼ਗਾਰੀ ਵਾਲਾ ਮੁੱਦਾ ਵੀ ਉੱਥੇ ਉੱਠਿਆ ਵਿਧਾਇਕਾਂ ਵਾਲਾ ਕਿਉਂਕਿ ਤਾਜ਼ਾ ਮਸਲਾ ਸੀ ਇਹ ਵੀ ਬਹੁਤ ਸਾਰੇ ਵਿਧਾਇਕਾਂ ਕਹਿ ਕੇ ਆਏ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਨੌਕਰੀਆਂ ਦਿੱਤੀਆਂ ਗਈਆਂ ਨੇ ਇਹਦੇ ਨਾਲ ਸਾਡੀ ਦਿੱਖ ਬਹੁਤ ਮਾੜੀ ਬਣੀਏਗੀ ਤੀਜੀ ਗੱਲ ਇਹ ਕਹੀ ਗਈ ਹੈਗੀ ਕਿ ਜਿਸ ਤਰੀਕੇ ਨਾਲ ਮੈਨੀਫੈਸਟੋ 'ਚ ਵਾਅਦੇ ਕੀਤੇ ਗਏ ਸੀ ਅਸੀਂ ਜਿਹੜੇ ਕੰਮਾਂ ਦੀ ਗੱਲ ਕਹੀ ਸੀ ਕੰਮ ਪੂਰੇ ਹੋਣ ਉਹ ਕੰਮਾਂ ਨੂੰ ਪੂਰੇ ਹੀ ਹੋਣ ਨਹੀਂ ਦਿੱਤਾ ਗਿਆ ਕਿਹਾ ਗਿਆ ਕਿ ਹਾਈ ਕਮਾਂਡ ਨੇ ਵੈਸੇ ਸੁਨੇਹੇ ਲਾਏ ਨੇ ਉੱਥੇ ਵੀ ਇਹੀ ਗੱਲ ਪੁੱਛਿਆ ਗਿਆ ਕਿ ਅਫਸਰ ਨਹੀਂ ਕਰਦੇ ਜਾਂ ਕੈਪਟਨ ਨਹੀਂ ਕਰ ਰਹੇ ਤਾਂ ਉੱਥੇ ਵੀ ਸਭ ਨੇ ਕਿਹਾ ਕਿ ਨਹੀਂ ਜੇ ਵਿਲ ਪਾਵਰ ਹੋਵੇ ਜੋ ਅਸੀਂ ਮੈਨੀਫੈਸਟੋ ਚ ਚੀਜ਼ਾਂ ਲੈ ਕੇ ਆਏ ਸੀ ਜਿਹੜੀਆਂ ਸਾਡੀਆਂ ਇੰਪੋਰਟੈਂਟ ਗੱਲਾਂ ਸੀਗੀਆਂ ਜਿਹਦੇ ਬਾਰੇ ਕੈਪਟਨ ਅਕਸਰ ਕਹਿੰਦੇ ਨੇ ਅਸੀਂ ਨੌਕਰੀਆਂ ਵੀ ਦਿੱਤੀਆਂ ਨੇ 17 17 ਲੱਖ ਦੇ ਅੰਕੜਿਆਂ ਦਾ ਜ਼ਿਕਰ ਕਰਦੇ ਨੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਨੇ ਕੈਪਟਨ ਮਨਿੰਦਰ ਸਿੰਘ ਬੋਰਡ ਲਗਾ ਲਗਾ ਕੇ ਪੂਰੇ ਪੰਜਾਬ ਚ ਪ੍ਰਚਾਰ ਤਾਂ ਉਹਦੇ ਚ ਹੀ ਗਿਆ ਗਿਆ ਕਿ ਗੱਲ ਪ੍ਰਚਾਰ ਕਰਨ ਦੀ ਨਹੀਂ ਹੈਗੀ ਗੱਲ ਹੋਣ ਦੀ ਹੈ ਕਿ ਅਸੀਂ ਲੋਕਾਂ ਨੂੰ ਜਿਚਾ ਸਕਿਆਂ ਜਾਂ ਅਸੀਂ ਉਹ ਕਰ ਸਕਿਆਂ ਜੋ ਲੋਕ ਚਾਹੁੰਦੇ ਸੀਗੇ ਫੁਲ ਸਵੇਟ ਸੈਟੀਸਫੈਕਸ਼ਨ ਤਾਂ ਕਿਸੇ ਦੀ ਨਹੀਂ ਹੋ ਸਕਦੀ ਪਰ ਉਹ ਤੋਂ ਬਿਨਾ ਜਿਹੜੀਆਂ ਚੀਜ਼ਾਂ ਸੀਗੀਆਂ ਤਾਂ ਉਹ ਮੈਨੀਫੈਸਟੋ ਵਾਲੇ ਵੀ ਸਾਰੇ ਮਸਲੇ ਉੱਥੇ ਵਿਚਾਰੇ ਗਏ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਔਰ ਬਹੁਤ ਸਾਰਿਆਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਕੀ ਲੱਗਦਾ ਇਹਨੂੰ ਕਿਵੇਂ ਕਰੀਏ ਤਾਂ ਸਭ ਨੇ ਕਿਹਾ ਜੀ ਬਾਕੀ ਗੱਲਾਂ ਤਾਂ ਬਾਅਦ ਚੋਂ ਆ ਸਭ ਤੋਂ ਪਹਿਲਾਂ ਹੱਲ ਕੱਢੋ ਜੇ ਹੱਲ ਨਹੀਂ ਕੱਢੋਂਗੇ ਤਾਂ ਬਹੁਤ ਵੱਡਾ ਨੁਕਸਾਨ ਸਾਡਾ ਹੋ ਚੁੱਕਿਆ ਬਹੁਤ ਵੱਡਾ ਨੁਕਸਾਨ ਹੋਣ ਨੂੰ ਤਿਆਰ ਹੈ ਤੇ ਇਹ ਸਾਰੀਆਂ ਗੱਲਾਂ ਮੁੱਦਿਆਂ ਦੇ ਉੱਤੇ ਜਿੰਨੇ ਵੀ ਪੱਖਵੇਂ ਮੁੱਦੇ ਨੇ ਉਹਨਾਂ ਸਾਰੇ ਪੱਖਵੇਂ ਮੁੱਦਿਆਂ ਦੇ ਉੱਤੇ ਮੋਟੀ ਮੋਟੀ ਗੱਲ ਹੋਈ ਹੈ ਰਾਹੁਲ ਨੇ ਠੀਕ ਠਾਕ ਟਾਈਮ ਦਿੱਤਾਗਾ ਤੇ ਜਦੋਂ ਮੀਟਿੰਗ ਹੋ ਰਹੀ ਸੀਗੀ ਵੱਖ-ਵੱਖ ਬੰਦਿਆਂ ਨੂੰ ਪੁੱਛਿਆ ਗਿਆ ਕਿ ਅਗਰ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾਗਾ ਯਾਨੀ ਬਹੁਤ ਕੰਫਰਟ ਮਾਹੌਲ ਦੇ ਅੰਦਰ ਉਹ ਗੱਲਬਾਤ ਹੋਈ ਹੈ ਸਭ ਦੇ ਨਾਲ ਉਹ ਇੱਕ ਤਰ੍ਹਾਂ ਦਾ ਇੱਕ ਫੀਡਬੈਕ ਜੋ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ ਫੀਡਬੈਕ ਕਦੇ ਇਹ ਨਹੀਂ ਹੁੰਦਾਗਾ ਕਿ ਬਹੁਤ ਸਪੈਸਿਫਿਕ ਜਾਣਾ ਤੁਸੀਂ ਇਹ ਵੀ ਕਿਹਾ ਗਿਆ ਕਿ ਬਹੁਤੇ ਵਿਧਾਇਕਾਂ ਤੋਂ ਮੈਂ ਪੁੱਛਿਆ ਕਿ ਸਪੈਸਿਫਿਕ ਸਵਾਲ ਕਿੰਨੇ ਹੋਏ ਕੈਪਟਨ ਨੂੰ ਲੈ ਕੇ ਸਿੱਧੂ ਨੂੰ ਲੈ ਕੇ ਸਪੈਸਿਫਿਕ ਸਵਾਲ ਉਹਨਾਂ ਨੇ ਕਿਹਾ ਬਹੁਤੇ ਸਪੈਸਿਫਿਕ ਸਵਾਲ ਨਹੀਂ ਹੋਏ ਯਾਨੀ ਹੋਏ ਸਵਾਲ ਪਰ ਇੰਨਾ ਸਪੈਸਿਫਿਕ ਨਹੀਂ ਗਏ ਕਿ ਬਰੀਕ ਜਾ ਕੇ ਜਣਾ ਚ ਵੜਨ ਕਿਸੇ ਦੀ ਮੋਟੀ ਮੋਟੀ ਇੱਕ ਗੱਲ ਹੋਈ ਹੈਗੀ ਤਾਂ ਮੋਟਾ ਮੋਟਾ ਸਪੈਸਿਫਿਕ ਆਪਾਂ ਕਹਿੰਦੇ ਮੋਟੀ ਮੋਟੀ ਗੱਲ ਹੋਈ ਹੈ ਇਸ਼ੂਜ਼ ਦੇ ਉੱਤੇ ਤੇ ਉਹਦੇ ਚ ਬਹੁਤੇ ਲੋਕਾਂ ਨੇ ਹੀ ਕਿਹਾਗਾ ਕਿ ਮੈਨੀਫੈਸਟੋ ਦੇ ਵਾਅਦੇ ਉਹ ਸਾਰੀਆਂ ਗੱਲਾਂ ਜੜੀਆਂ ਨੇ ਸਾਨੂੰ ਇਹ ਜਿਹੜਾ ਜਿਹੜਾ ਹੁਣ ਸਾਡੇ 6 ਮਹੀਨੇ ਬਚੇ ਨੇ ਸਾਨੂੰ ਬੜੇ ਜ਼ਬਰਦਸਤ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਜੇ ਕਾਂਗਰਸ ਨੂੰ ਵਾਪਸ ਲੈ ਕੇ ਆਉਣਾ ਹਰ ਪਾਰਟੀ ਸੋਚਦੀ ਹੈ ਅਕਾਲੀ ਵੀ ਸੋਚਦੇ ਸਰਕਾਰ ਬੋਣੇ ਕਾਂਗਰਸ ਵੀ ਸੋਚਦੀ ਆਪ ਵੀ ਸੋਚਦੀ ਹੈ ਜੇ ਅਸੀਂ ਵਾਪਸ ਆਉਣਾ ਤਾਂ ਸਾਨੂੰ ਇੱਕ ਜ਼ਬਰਦਸਤ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਇਹ ਸਾਰੀਆਂ ਗੱਲਾਂ